सारे दर्शकों को संबोधित करने वालों सत श्री अकाल जी। अज असी फिरोजपुर विखे पहुंचे हुए हैं। फिरोजपुर के डीसी दफ्तर के बाहर बहुत सारे लोग इकट्ठे हुए हैं, जिन्होंने अंगहीन भी ने ते होर समाज के लताड़े हुए लोग ने वह भी ने, ते अपनी वख-वख मंगां दे वास्ते जिहड़ा इन्हां ने डीसी दफ्तर के सामने जिहड़ा धरना लाया गया वा मंग पत्र देण दे वास्ते। ते आओ आपां इन्हां दे जिहड़े लीडर ने उन्हां दे नाल गलबात करदे हां सोशल वर्कर और असि मेन साडिया जिहड़ियां मंगा हैगियां कुछ धार्मिक भी हैगियां, कुछ बगराड़ी वाले गोलीकांड ते भी हैगियां, ते कुछ मनरेगा दे नाल हैगियां जुड़ियां हुई जी। मनरेगा विच जे असी गल करिए कम से कम असी 2000 तो करीब बंदा जिहड़ा हैगा मानयोग एडिशनल डिप्टी कमिश्नर नूं मिलदा रहा, लेकिन वह जो असी मिलदे हाँ सानूं कह देंदे आ वी साडियां हक्की मंगां ने तुहाडियां बिल्कुल साडी ड्यूटी लगी हुई आ साडे करन योग ने, जदों कह देंदे ने करन योग आ ते असी उहनां दी गल नूं मन के और असी अपना जिहड़ा हैगा धरन प्रदर्शन जिहड़ा हैगा उह वापस लै जांदे आ। ਤਾਂ ਕਰੀਬ 4 ਵਾਰ ਹੋ ਗਏ ਸਾਡੇ ਕੋਲ ਰਿਟਨ ਦੇ ਵਿੱਚ ਉਹਨਾਂ ਦੇ ਦੇਸ਼ ਵੀ ਹੈਗੇ ਆ ਜਿਹੜੇ ਥੱਲੇ ਰਿਲੀਜ਼ ਕੀਤੇ ਹੁੰਦੇ ਆ ਹੁਕਮ ਜਾਰੀ ਵੀ ਭਾਈ ਆ ਜਿਹੜੀਆਂ ਹਦਾਇਤਾਂ ਹੈਗੀਆਂ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ। ਤਾਂ ਸਮੂਹ ਬਲਾਕਾਂ ਵਾਲੇ ਜਿਹੜਾ ਪ੍ਰਸ਼ਾਸਨ ਹੈਗਾ ਉਹ ਉਸੇ ਤਰ੍ਹਾਂ ਹੀ ਆਪਣਾ ਰਵੱਈਆ ਰੱਖਦਾ। ਇਹ ਬੜੇ ਦੁੱਖ ਦੀ ਗੱਲ ਆ ਕਿ ਸੀਨੀਅਰ ਅਫਸਰ ਦੇ ਹੁਕਮਾਂ ਨੂੰ ਜਿਹੜਾ ਥੱਲੇ ਯੂਨੀਅਰ ਪ੍ਰਸ਼ਾਸਨ ਹੈਗਾ ਉਹ ਮੰਨ ਨਹੀਂ ਰਿਹਾ, ਤਾਂ ਉਹਨੂੰ ਅਸੀਂ ਲਾਗੂ ਕਰਾਉਣ ਦੇ ਸੰਬੰਧ ਵਿੱਚ ਅੱਜ ਮਾਨਯੋਗ ਐਡੀਸ਼ਨਲ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਅੱਗੇ ਆਏ ਹੋਏ ਆ। ਪਿਛਲੇ 100 ਵਾਰ ਅਸੀਂ ਇੱਕ ਰਿਟਨ ਦੇ ਵਿੱਚ ਔਰ ਉਹਨਾਂ ਨੂੰ ਰਿਪੋਰਟ ਬਣਾ ਕੇ ਦਿੱਤਾ ਸੀਗਾ ਵੀ ਇੱਕ ਹਫ਼ਤੇ ਤੱਕ ਜੇ ਤੁਸੀਂ ਸਾਡੀ ਕਿਤੇ ਮੀਟਿੰਗ ਕਰਾਉਂਦੇ ਹੋ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਤਾਂ ਅਸੀਂ ਆਪਣੀਆਂ ਮੁਸ਼ਕਲਾਂ ਹੈਗੀਆਂ ਔਰ ਮੀਟਿੰਗ ਦੇ ਰੂਪ 'ਚ ਆਪਣੀਆਂ ਸ਼ਿਕਾਇਤਾਂ ਹੈਗੀਆਂ ਸੰਬੰਧਿਤ ਅਧਿਕਾਰੀ ਜਿਹੜੇ ਹੈਗੇ ਨੇ ਉਹ ਸਾਨੂੰ ਸੁਣ ਲੈਣ ਤੇ ਸਾਡੀ ਮਨਰੇਗਾ ਦੇ ਮਸਲੇ ਤੇ ਪਹਿਲ ਹੈਗੀ ਆ, ਉਸ ਤੋਂ ਬਾਅਦ ਧਾਰਮਿਕ ਮੁੱਦੇ ਨੇ, ਉਸ ਤੋਂ ਬਾਅਦ ਜਿਹੜਾ ਬਗਰਾੜੀ ਵਾਲਾ ਗੋਲੀਕਾਂਡ ਹੈਗਾ ਜਿਨ੍ਹਾਂ ਨੇ ਇੰਨਾ ਵੱਡਾ ਕਾਂਡ ਕੀਤਾ ਹੈ ਉਹਨਾਂ ਦੀ ਸਜ਼ਾ ਕੀਤੀ ਜਾਵੇ। ਇਹ ਸਮੂਹ ਜਥੇਬੰਦੀਆਂ ਦੇ ਆ, ਇੱਥੇ ਕੋਈ ਇੱਕ ਬਿਆਦਰੀ ਨਹੀਂ ਹੈਗੀ, ਬਹੁਤ ਮੇਰੇ ਵੀਰ ਜਿਹੜੇ ਆ ਜੱਟ ਸਿੱਖ ਵੀ ਆਏ ਆ, ਕਮੋ ਸਿੱਖ ਵੀ ਆਏ ਆ, ਤਾਂ ਮਜ਼ਬੀ ਸਿੱਖ ਵੀ ਖੜੇ ਹੋਏ ਆ, ਇਹ ਸਾਡੇ ਮੁੱਦੇ ਸਾਂਝੇ ਆ। ਇਸ ਲਈ ਅਸੀਂ ਅੱਜ ਪੱਕਾ ਪਰਮਾਨੈਂਟ ਟੈਂਟ ਲਗਾ ਕੇ ਇੱਥੇ ਬੈਠਾਂਗੇ, ਜਿੰਨਾ ਚਿਰ ਸਾਡੀ ਕੋਈ ਸੁਣਾਈ ਨਾ ਹੋਈ ਉਹਨਾਂ ਚਿਰ ਅਸੀਂ ਪਰਮਾਨੈਂਟ ਇੱਥੇ ਆਪਣਾ ਜਿਹੜਾ ਹੈਗਾ ਧਰਨਾ ਪ੍ਰਦਰਸ਼ਨ ਜਾਰੀ ਰੱਖਾਂਗੇ। ਇੱਧਰ ਕਿਸਾਨ ਭਲਾਈ ਸਭਾ ਦੇ ਲੀਡਰ ਵੀ ਸਾਡੇ ਨਾਲ ਹਾਜ਼ਰ ਨੇ, ਆਓ ਆਪਾਂ ਇਸ ਧਰਨੇ ਸੰਬੰਧ ਵਿੱਚ ਇਹਨਾਂ ਦੇ ਨਾਲ ਵੀ ਗੱਲਬਾਤ ਸਾਂਝੀ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਮੇਰਾ ਨਾਮ ਹਰਬੰਸ ਵੈਰੜ ਹੈ ਜੀ। ਜੀ ਹਾਂਜੀ। ਤੇ ਅੱਜ ਜਿਹੜਾ ਧਰਨਾ ਲੱਗਿਆ ਕੀ ਇਹਨਾਂ ਦੀਆਂ ਕੀ ਮੁੱਖ ਮੰਗਾਂ ਨੇ? ਮੁੱਖ ਮੰਗਾਂ ਤੇ ਇਹੀ ਹੈ ਜੀ, ਜਿਹੜੀ ਸਰਕਾਰ ਨੇ ਵਾਅਦੇ ਕੀਤੇ ਸੀ ਵੀ ਤੁਹਾਨੂੰ ਇੰਨੇ ਦਿਨ ਕੰਮ ਦੇਵਾਂਗੇ, ਤੁਹਾਡੀ ਇਹ ਜਿਹੜੀ ਆਪਾਂ ਜੇ ਇਹਨਾਂ ਦੀ ਇੰਨੀ ਪੈਨਸ਼ਨ ਬਣਾਵਾਂਗੇ, 1500 ਦੇਵਾਂਗੇ, 2500 ਦੇਵਾਂਗੇ, ਉਹ ਚੀਜ਼ਾਂ ਮਿਲ ਨਹੀਂ ਰਹੀਆਂ। ਲੋਕ ਆਰਥਿਕ ਹਾਲਤ ਤੋਂ ਤੰਗ ਨੇ, ਰੋਟੀ ਰੋਜ਼ੀ ਤੋਂ ਤੰਗ ਨੇ, ਲੋਕ ਤਾਂ ਇਕੱਠੇ ਹੋਏ ਨੇ ਮੰਗ ਕਰਦੇ ਨੇ ਸਰਕਾਰ ਤੋਂ ਵੀ ਜਿਹੜੇ ਸਾਡੇ ਨਾਲ ਵਾਅਦੇ ਨੇ ਪੂਰੇ ਕੀਤੇ ਜਾਣ। ਜੀ ਹਾਂਜੀ ਬਿਲਕੁਲ ਜੀ, ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਬਹੁਤ ਸਾਰੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀਗੇ, ਤੇ ਮੈਨੂੰ ਲੱਗਦਾ ਹਜੇ ਉਹਨਾਂ ਦੇ ਵਿੱਚੋਂ ਜਿਹੜਾ ਕਦਮ ਸਰਕਾਰ ਉਸ ਪਾਸੇ ਨੂੰ ਚੁੱਕ ਨਹੀਂ ਰਹੀ, ਇਸੇ ਕਰਕੇ ਹਰ ਰੋਜ਼ ਕਿਤੇ ਨਾ ਕਿਤੇ ਧਰਨੇ। ਸੰਗਰੂਰ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਭਗਵੰਤ ਮਾਨ ਦੀ ਕੋਠੀ ਦੇ ਸਾਹਮਣੇ ਵੀ ਲਗਾਤਾਰ ਜਿਹੜੇ ਧਰਨੇ ਨੇ ਚੱਲ ਰਹੇ ਨੇ। ਕਿਸਾਨ ਯੂਨੀਅਨ ਵੱਲੋਂ ਵੀ ਉੱਥੇ ਲਗਾਤਾਰ ਹੁਣ ਮੋਰਚਾ ਜਿਹੜਾ ਸ਼ੁਰੂ ਕਰ ਦਿੱਤਾ ਗਿਆ, ਤੇ ਹੋਰ ਵੀ ਪੰਜਾਬ ਦੇ ਵੱਖ ਵੱਖ ਥਾਵਾਂ ਤੇ ਮੁਲਾਜ਼ਮ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਵੱਲੋਂ ਲਗਾਤਾਰ ਜਿਹੜੇ ਧਰਨੇ ਆ ਲਾਏ ਜਾ ਰਹੇ। ਹਰ ਸ਼ੋਭਾ ਲਾ ਰਿਹਾ ਜੀ, ਬੱਸਾਂ ਦੇ ਕਨੈਕਟਰ, ਕਲਰਕ, ਪਟਵਾਰੀ, ਕੀ ਕੋਈ ਬੰਦਾ ਬਚਿਆ ਹੀ ਨਹੀਂ ਜਿਹੜਾ ਧਰਨੇ ਨਹੀਂ ਦੇ ਰਿਹਾ। ਸਮਝ ਨਹੀਂ ਆਉਂਦੀ ਵੀ ਜੇ ਖਜ਼ਾਨਾ ਖਾਲੀ ਤਾਂ ਪਹਿਲਾਂ ਹੀ ਕਹਿ ਦਿੰਦੇ ਖਜ਼ਾਨਾ ਖਾਲੀ ਹੈ ਬਾਈ, ਅਸੀਂ ਨਹੀਂ ਕੁਛ ਦੇ ਸਕਦੇ, ਆਪ ਨਹੀਂ ਲੁੱਟਾਂਗੇ। ਇੰਨਾ ਹੀ ਸਾਨੂੰ ਤਾਂ ਕਾਫੀ ਸੀ, ਪਹਿਲਾਂ ਲੁਟੇਰਿਆਂ ਦੀ ਗੱਲ, ਜਿਹਨਾਂ ਲੁੱਟਿਆ ਹੈ ਉਹੀ ਸਾਡੇ ਨਾਲ ਪ੍ਰੋਮਿਸ ਕਰ ਲੈਂਦਾ ਮਾਨ ਸਾਹਿਬ ਮੈਂ ਨਹੀਂ ਲੁੱਟਾਂਗਾ, ਮੇਰੀ ਸਰਕਾਰ ਨਹੀਂ ਲੁੱਟੇਗੀ, ਇੰਨਾ ਹੀ ਕਾਫੀ ਸੀ। ਦੇਰ ਤਾਂ ਕੀ ਸਕਣਾ, ਹੁਣ ਹਜ਼ਾਰ ਹਜ਼ਾਰ ਕਹਿੰਦੇ ਬੀਬੀਆਂ ਦੇਵਾਂਗਾ, ਕਿੱਥੋਂ ਦੇਣਾ ਹੈ ਹੀ ਨਹੀਂ ਕੁਛ, ਦੇਣਾ ਕਿੱਥੋਂ। ਇਸ ਧਰਨੇ ਨੂੰ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੀ ਵੀ ਹਮਾਇਤ ਆ, ਤੇ ਸਾਡੇ ਨਾਲ ਇਸ ਵੇਲੇ
बलविंदर सिंह जी लोक अधिकार लैब तो हाजिर ने इस धरने संबंध में आप उन्होंने नाल भी गलबात जी करते हैं जी। सत श्रीकाल जी। सत श्रीकाल साहब। वाहेगुरु जी का खालसा वाहेगुरु जी की फतेह जी। भाई साहब जो अज्ञा धरना वा की इन्हों मुख मंगा की ने? देखो मुख मंगा इन्हों है कि एक तो अंगहीन बुढ़ापा विधवा पेंशन जगह जी वो पंजाब दे विच 1500 रुपया पिछली सरकार ने की सी, जबकि गुआंढी सूबे दे विच ये पेंशन अंगहीन वर्ग न 3000 रुपये तक है तो बुढ़ापा विधवा वो 2500 है। इस तरह दिल्ली 2500 है। सो साडी इस धरने दे विच ये मंग है जिहड़े दिव्यांग ने जां बजुर्ग ने कि ये पेंशन तुरंत 2500 होनी चाहिए है, तो उस तो बाद 5000 करने लिए एक व्योंतबंदी हो हर साल इन्ने पैसे वधनगे 1000 रुपया वधेगा क्योंकि महंगाई तो दिनों दिन बढ़ रही है ना, तो घट तो घट इनू 5000 रुपये तक लिया जाए जिनी अज महंगाई है। दूसरा जिहड़ा हैगा किरती काम ये शामिल अज के धरने उन्हां दी मंग यह है कि मनरेगा की जिहड़ी दिहाड़ी है वह 280 रुपये 81 रुपये है। हुण एक बन्ने किसान जिहड़ा हैगा वो अज 400 तो 500 नहीं बल्कि 700 रुपये तक भी दिहाड़ी दिंदा है जो काम हुंदा है, तो 400 तो घट्टो घट चलती है, अद्धी दिहाड़ी 250 रुपया झोने ताल कढ़न की चलती रही है, 500 रुपया दिंदा है। सरकार क्यों 280 रुपये दिंदी है जदों के सरकार मतलब जिहड़ी वर्ल्ड लेबर कॉन्फ्रेंस हुई उत्थे वह घट तो घट जिहड़ा मेहनताना वह 600 रुपया दिहाड़ी की गल करती है जदों के खुद सरकार 280 रुपये दे रही है। सो ये लोग ने जिहड़े सरकारां बनाउंदे ने चाहे केंद्र की सरकार होवे, ये केंद्र की स्कीम है मनरेगा, तो पंजाब की जिहड़ी गौरमेंट है ये उहदे विच आपदा जिहड़ा हिस्सा वह 10% पाउंदे आ, ये 50% पा देना ठीक है, ये उहदे विच होर कंपनसेट करन ते 500 रुपया मिनीमम पंजाब दे विच इन्हां मजदूरां की दिहाड़ी जिहड़ी आ होनी चाहीदी है। कहिंदे ओह कम नहीं करदा उत्थे आ नहीं हुंदा, कम तो इन्हां ने लैणा है। मनरेगा च 260 तरह के कम है, ये क्यों कल्ला ही छप्पड़ की मिट्टी कढ़ाउण दा कम करदे आ, होर प्रोग्रेसिव वर्क ने जिथे उत्थे लाया जावे इन्हां नूं। सो मनरेगा मजदूर जिहड़े हैगे आ उन्हां नूं मतलब कम जिहड़ा है वह 150 दिन का मिलना चाहिए, साल च 365 दिन होंदे आ। हाड़ी सौणी जिस वेले किसान दे खेतां च कम है उस वेले सरकार कम ना दे 120 दिन बनते हैं, 4 महीने मान लो हाड़ी सौनी आते हैं, तो बाकी दे 245 दिन है जोड़े कम तो 100 दिन का ही देना, तो 245 दिन दो। सो ये मजदूर की मंग है, असं यदि हमायत करते हैं कि वो 245 दिनों 150 दिन वर्क मिले, 500 रुपया दिहाड़ी मिले। सो दर्शको ये अज का धरना फिरोजपुर के डीसी कंपलैक्स के सामने लगा हुआ जिदे बहुत सारिया मजदूर दंगा ने, तो सरकार हूँ इन्हों की कोई गल सुनती आ जा नहीं सुनती ये तो सरकारी अधिकारियों से निर्भर आ, जे इन्हों की गल ना सुनी गई तो इन्होंने टेंट लाया हो फिर दिन रात का इन्होंने धरना जोड़ा आपका वा चालू कर देना वा, तो जरूर सरकार इन जड़िया मंगा ने हमदर्दी के नाल विचार करके जो मंगा वा वो मननिया चाहिए ताकि इन्होंने राहत देने से ना रहना पवे। सो मैनू जो इतने आ गया देखते रहो डी टी वी NRI। सत श्री अकाल।